ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਕੱਲ ਦੀ ਘਟਨਾ ਬਾਰੇ ਵੱਖ ਵੱਖ ਬੁਲਾਰੇ ਤੁਹਾਨੂੰ ਦੱਸ ਕੇ ਗਏ ਹੈ, ਅਸੀਂ ਵੀ ਤੁਹਾਨੂੰ ਦੱਸਦੇ ਰਹੇ ਹਾਂ ਵੀ ਇਹਦੇ ਵਿੱਚ ਭਰਾਵੋ ਸਰਕਾਰਾਂ ਦਾ ਏਜੰਸੀਆਂ ਦਾ ਇਸ ਘੋਲ ਨੂੰ ਕਿਵੇਂ ਖੜਿਆ ਦਿੱਤਾ ਜਾਵੇ, ਰੋਲ ਦਿੱਤਾ ਜਾਵੇ, ਇਹਨੂੰ ਕਿਵੇਂ ਲੱਗੀਆਂ ਹੋਈਆਂ, ਉਹ ਵੀ ਇਹ 26 ਤਰੀਕ ਦਾ ਇੰਤਜ਼ਾਰ ਭਾਰਤ ਦੀ ਸਰਕਾਰ ਪੂਰਨ ਤੌਰ ਤੇ ਕਰ ਰਹੀ ਸੀ। ਕਿਉਂ? ਉਹਨਾਂ ਨੂੰ ਪਤਾ ਸੀਗਾ ਵੀ ਕੁਛ ਹਿੱਸਾ ਸਾਡਾ ਸ਼ਿਕਾਰ ਹੋਊਗਾ। ਉਹ ਕੱਲ ਦੇਖਣ ਨੂੰ ਮਿਲਿਆ ਜਥੇਬੰਦੀਆਂ ਦੇ ਜੋ ਰੂਟ ਬਣਾਏ ਹੋਏ ਸੀਗੇ ਉਹਦੇ ਵਿੱਚ ਕੁਛ ਕਮੀਆਂ ਪੇਸ਼ੀਆਂ ਏਡੇ ਵੱਡੇ ਕੰਮ ਦੇ ਵਿੱਚ, ਏਡੇ ਵੱਡੇ ਅੰਦੋਲਨ ਦੇ ਵਿੱਚ ਰਹਿੰਦੀਆਂ, ਉਹਨੂੰ ਤੁਸੀਂ ਐਂ ਟਾਰਗੇਟ ਕਰ ਲਿਆ ਕੁਛ ਹਿੱਸੇ ਨੇ ਵੀ ਖਵਨੀ ਜਥੇਬੰਦੀਆਂ ਦੇ ਆਗੂਆਂ ਨੇ ਰੋਲ ਅਦਾ ਕੀਤਾ। ਜਦੋਂ ਆਪਾਂ ਮਾਰਚ ਲੈ ਕੇ ਗਏ ਹਾਂ, ਮਾਰਚ ਨੂੰ ਵਿਚਾਰੋਂ ਇੱਥੇ ਦੀ ਪੁਲਿਸ ਨੇ ਵਿਚਾਰੋਂ ਤੋੜ ਦਿੱਤਾ, ਖਿੰਡ ਗਿਆ ਕੁਛ ਉਹਨਾਂ ਦੇ ਸ਼ਿਕਾਰ ਹੋਏ ਲੋਕ, ਜਿਹੜੇ ਨੌਜਵਾਨ ਭੜਕੇ ਹੋਏ ਸੀਗੇ, ਜਿਹੜੇ ਨੌਜਵਾਨ ਸਾਡਾ ਸਵਾਲ ਸੁਣਨ ਨੂੰ ਗੱਲ ਸੁਣਨ ਨੂੰ ਰਾਜੀ ਨਹੀਂ ਸੀ। ਅਸੀਂ ਨਿਸ਼ਾਨਦੇਹੀ ਕੀਤੀ ਆ ਨੌਜਵਾਨਾਂ ਦੀ, ਸਾਡੀਆਂ ਅੱਖਾਂ ਦੇ ਸਾਹਮਣੇ, ਪਰ ਸਾਨੂੰ ਭਰਾਵੋ ਪਤਾ ਵੀ ਇਹ ਉਹ ਨੌਜਵਾਨ ਜਿਹੜੇ ਕੁਛ ਹਿੱਸੇ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਦੇ ਮੋਬਾਈਲ ਰਾਹੀਂ ਭੜਕੇ ਹੋਏ ਆ। ਜਥੇਬੰਦੀਆਂ ਨੂੰ ਇਸ ਸਰਕਾਰ ਦਾ ਪਤਾ ਸੀਗਾ ਵੀ ਇਹ ਘੋਲ ਨੂੰ ਲਾਲ ਕਿਲੇ ਵੱਲ ਲਿਜਾਣਾ ਚਾਹੁੰਦੀ ਹੈ। ਇੱਕ ਕਿਸੇ ਘਰ ਤੇ ਹਮਲਾ ਬੋਲਣਾ ਹੋਵੇ, ਉਹ ਪਰਿਵਾਰ ਹਥਿਆਰਬੰਦ ਹੋਵੇ, ਮੈਂ ਗਰੰਟੀ ਕਰਦਾ 500 ਬੰਦਾ ਉਸ ਘਰ ਦੇ ਵਿੱਚ ਨਹੀਂ ਵੜ ਸਕਦਾ। ਲਾਲ ਕਿਲੇ ਦੇ ਉੱਤੇ ਇਸ ਤਰ੍ਹਾਂ ਝੰਡਾ ਚੜਵਾ ਦੇਣਾ, ਇਹ ਪੂਰੀ ਨੀਤੀ ਦੇ ਤਹਿਤ ਭਾਰਤ ਦੀ ਸਰਕਾਰ ਦਾ ਮਥਿਆ ਹੋਇਆ ਪ੍ਰੋਗਰਾਮ ਸੀਗਾ। ਜਿਵੇਂ ਸਟੇਟ ਸੈਕਟਰੀ ਨੇ ਦੱਸਿਆ ਵੀ ਅੱਜ ਗੱਲ ਕੀ ਚੱਲ ਪਈ, ਆਪਾਂ ਗੱਲ ਚਾਹੁੰਦੇ ਸੀ ਘੋਲ ਦੀ ਵੀ ਘੋਲ ਕਿਵੇਂ ਜਿੱਤਿਆ ਜਾਵੇ, ਹੁਣ ਆਪਾਂ ਗੱਲ ਸਾਫ ਕਰਨ ਤੇ ਵੱਖ ਵੱਖ ਬੁਲਾਰੇ ਲੱਗੇ ਹੋਏ ਆ ਵੀ ਲਾਲ ਕਿਲੇ ਤੇ ਝੰਡਾ ਚਾੜਿਆ ਕਿਵੇਂ ਤੇ ਝੰਡਾ ਚੜਿਆ ਕਿਵੇਂ, ਤੇ ਨਾਸ਼ਤਾ ਪੈਦਾ ਹੋ ਗਈ, ਕੁਛ ਟਰਾਲੀਆਂ ਜਿਹੜੀਆਂ ਵਾਪਸ ਜਾ ਰਹੀਆਂ ਉਹਨਾਂ ਨੂੰ ਘੇਰਨ ਦਾ ਹਰਿਆਣੇ ਦੇ ਸਾਡੇ ਵੀਰ ਯਤਨ ਕਰਦੇ ਨੇ ਵੀ ਉਹ ਵਾਪਸ ਜਾ ਰਹੇ ਨੇ, ਉਹ ਗੱਲ ਸਾਫ ਕਰਾਂਗੇ ਹਰਿਆਣੇ ਦੇ ਸਾਡੇ ਨੌਜਵਾਨ ਲੱਗੇ ਹੋਏ ਉਸ ਗੱਲ ਨੂੰ ਸੁਧਾਰਨ ਤੇ ਵੀ ਵਾਪਸ ਜਿਹੜੇ ਜਾਂਦੇ ਨੇ 26 ਕਰਕੇ ਆਏ ਹੋਏ ਸੀਗੇ। ਪਰ ਭਰਾਵੋ ਨੌਜਵਾਨੋ, ਖਾਸ ਕਰਕੇ ਤੁਸੀਂ, ਜੇ ਘੋਲ ਨੂੰ ਜਿੱਤਣਾ ਇਹ ਘੋਲ ਜਿੱਤ ਵੱਲ ਲਿਜਾਣਾ, ਭਾਰਤ ਦੀ ਸਰਕਾਰ ਇਸ ਪਾਸੇ ਨਾ ਕੋਈ ਜਾਵੇ। ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ ਹਾਂ, ਅਸੀਂ ਵੀ ਕਿਸੇ ਧਰਮ ਨੂੰ ਮੰਨਦੇ ਹਾਂ, ਅਸੀਂ ਵੀ ਧਰਮ ਨੂੰ ਮੰਨਣ ਵਾਲੇ ਹਾਂ, ਇਹ ਗੱਲ ਨਹੀਂ ਹੈ। ਬਾਰ ਬਾਰ ਉਸ ਚੀਜ਼ ਨੂੰ ਟਾਰਗੇਟ ਕਰਕੇ ਬੰਦੇ ਭੜਕਾਏ ਜਾਂਦੇ ਹੈ, ਉਧਰ ਨੂੰ ਲਿਜਾਈ ਜਾਂਦੀ ਹੈ ਗੱਲ। ਪਰ ਜਿਹੜਾ ਇੱਥੇ ਦਾ ਮੀਡੀਆ, ਜਿਹੜਾ ਮੋਦੀ ਮੀਡੀਆ, ਜਿਹੜਾ ਕੱਲ ਝੰਡਾ ਚੜਿਆ ਉਹਨੂੰ ਪੇਸ਼ ਕਿਵੇਂ ਕੀਤਾ, ਇੱਥੇ ਸਾਡੇ ਹਰਿਆਣੇ ਦੇ ਨੌਜਵਾਨ ਆਏ ਹੈ ਉਹ ਪੇਸ਼ ਕਰ ਰਹੇ ਹੈ ਵੀ ਪੰਜਾਬ ਨੇ ਆਪਦਾ ਕੰਮ ਕਰ ਦਿੱਤਾ, ਪੰਜਾਬ ਨੇ ਖਾਲਿਸਤਾਨ ਦਾ ਝੰਡਾ ਚੜਾ ਦਿੱਤਾ, ਉਹਨੂੰ ਪੇਸ਼ ਕਰਕੇ ਦਿਖਾ ਰਹੇ ਹੈ। ਪਰ ਅਸੀਂ ਨੇ ਕਿਹਾ ਨਹੀਂ ਭਰਾਵੋ, ਇਹ ਕਿਰਤੀ ਲੋਕ ਨੇ, ਇਹਨੂੰ ਪੇਸ਼ ਮੀਡੀਆ ਇਸ ਕਰਕੇ ਰਿਹਾ ਕਰ ਰਿਹਾ, ਇਹ ਕੰਮ ਸਰਕਾਰ ਦਾ ਨੀਤੀ ਤਹਿਤ ਕਰਵਾਇਆ ਹੋਇਆ, ਤਾਂ ਹੀ ਉਧਰ ਨੂੰ
ਗੱਲ ਹੋਊਗੀ ਪਤਾ ਨਹੀਂ ਨਹੀਂ ਹੋਊਗੀ। ਇਸ ਕਰਕੇ ਭਰਾਵੋ ਇਹ ਗੱਲ ਨੂੰ ਸਮਝਣਾ ਸਾਡਾ ਫਰਜ਼ ਹੈ। ਇੱਡੇ ਮੂਰਖ ਨਹੀਂ ਹੋ ਤੁਸੀਂ ਵੀ ਝੰਡਾ ਚੜਿਆ ਕਿਵੇਂ ਤੇ ਲੋਕ ਲਗਾਏ ਕਿਵੇਂ ਗਏ। ਇੱਧਰੋਂ ਇੱਕ ਪਾਸਾ ਪੂਰਨ ਤੌਰ ਤੇ ਰੋਕਿਆ ਜਾਂਦਾ, ਇੱਕ ਪਾਸੇ ਨੂੰ ਸਖਾਲਾ ਛੱਡਿਆ ਜਾਂਦਾ। 17 ਨਾਕੇ ਲੱਗੇ ਅੱਧੀ 17, ਜੇ 17 ਨਾਕੇ ਨੂੰ ਕਿਸਾਨ ਖੋਲਦੇ ਖੋਲਦੇ ਜਾਂਦੇ ਤਾਂ ਭਰਾਵੋ ਅੱਧੀ ਰਾਤ ਹੋ ਜਾਣੀ ਸੀ। ਉਹ ਨਾਕਿਆਂ ਨੂੰ ਛੱਡ ਕੇ ਅੱਗੇ ਲੈ ਕੇ ਗਈ ਹੈ ਪੁਲਿਸ। ਰਾਤ ਪੂਰਾ ਕੀਤਾ ਰਾਤ ਕਰੇਗਾ। ਇਹਦੇ ਸਾਰੀਆਂ ਗੱਲਾਂ ਆਪਾਂ ਸਮਝਾਂਗੇ ਨੀ। ਐਵੇਂ ਜੁਕਰੀ ਜਿਹੜਾ 150 ਤੋਂ ਵੱਧ ਇੱਥੇ ਸ਼ਹੀਦ ਹੋ ਗਿਆ, 18 ਸਾਲ ਦੇ ਬੱਚੇ ਸਾਡੀਆਂ ਮਾਵਾਂ ਦੇ ਇੱਥੇ ਲੇਖੇ ਵਿੱਚ ਲਾ ਕੇ ਭੋੜਦੇ ਨੌਜਵਾਨਾਂ ਸਾਡੇ ਤੇ ਹਾਕੀਆਂ ਮਾਰਨ ਵਾਲੇ ਹੋ, ਇਹ ਉਸ ਮਾਵਾਂ ਨੂੰ ਕੀ ਜਵਾਬ ਦੇਣਗੇ ਜਿਹੜੀਆਂ ਆਪਣੇ ਪੁੱਤ ਮਰਵਾ ਕੇ ਇਹ ਆਪ ਰੱਖੀ ਬੈਠੀਆਂ ਨੇ ਵੀ ਉਹ ਕਿਸਾਨ ਉਹ ਨੌਜਵਾਨ ਆਪਣੀ ਜ਼ਿੰਦਗੀ ਲਾ ਕੇ ਇਸ ਭੋੜ ਨੂੰ ਜਿੱਤਣ ਗਏ ਤੇ ਕਿਰਤ ਕਰਨ ਵਾਲੇ ਲੋਕਾਂ ਲਈ ਪੁੱਤ ਬਣੂਗੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਬਚਾਉਣਗੇ। ਜੇ ਅੱਜ ਵੀ ਤੁਸੀਂ ਪਹਿਲਾਂ ਵਾਂਗੂ ਜਿਵੇਂ 1947 ਚ ਆ ਸਾਡਾ ਨੌਜਵਾਨ ਆ ਸਾਡਾ ਲੋਕ ਉਹ ਰਾਜਨੀਤਿਕ ਲੋਕਾਂ ਦੇ ਸ਼ਿਕਾਰ ਹੋ ਕੇ ਆਪ ਚ ਕੜਾ ਬੰਦੀ ਕਰਕੇ ਦੋ ਮੁਲਕ ਬਣੇ ਆ ਦੋ ਜਿਹਦੇ ਨਾਲ ਸਾਨੂੰ ਲਾਭ ਨਹੀਂ ਹੋਇਆ, ਉਧਰ ਵੀ ਪਾਰਟੀਆਂ ਵਾਲੇ ਨੂੰ ਲਾਭ ਹੋ ਗਿਆ ਤੇ ਇੱਧਰ ਵੀ ਪਾਰਟੀਆਂ ਵਾਲੇ ਨੂੰ ਲਾਭ ਹੋਇਆ। ਇੱਕ ਬੰਦਾ ਗਾਂਧੀ ਪਰਿਵਾਰ ਦਾ ਨਹੀਂ ਮਰਿਆ, ਇੱਕ ਨਹੀਂ ਮਰਿਆ ਉਧਰ ਲਿਆਉਂਦਾ ਬੰਦੇ ਕੌਣ ਮਰੇ। ਅਸੀਂ ਕਿਰਤ ਕਰਨ ਵਾਲੇ ਲੋਕ, ਪਿੰਡਾਂ ਚ ਰਹਿਣ ਵਾਲੇ ਲੋਕ, ਮਜ਼ਦੂਰੀ ਕਰਨ ਵਾਲੇ ਲੋਕ ਅੱਜ ਵੀ ਐਸੇ ਹਾਲ ਤੇ ਭਾਰਤੀ ਸਰਕਾਰ ਪੂਰੀ ਤੌਰ ਤੇ ਸਾਨੂੰ ਧਰਮ ਦੇ ਨਾਂ ਤੇ ਖਿੱਤਿਆਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਬੰਦਾ ਲੱਗੀ ਹੋਈ ਹੈ। ਉਦੋਂ ਤਾਂ ਚਲੋ ਵਿਦਿਆ ਦਾ ਫਰਕ ਹੋ ਸਕਦਾ, ਸਕੂਲ ਨਹੀਂ ਸੀ ਉਹ ਅੱਜ ਕਿਹੜੀ ਸਮਝ ਦੀ ਲੋੜ ਆ ਤੁਹਾਡੇ ਜੇਲ ਚ ਨੇ ਕੱਲੀ ਕੱਲੀ ਗੱਲ ਤੇ ਤੁਹਾਡੀ ਨਜ਼ਰ ਪਾਉਂਦੇ ਨੇ ਫੇਰ ਵੀ ਤੁਸੀਂ ਭੜਕ ਕੇ ਉਧਰ ਦੇ ਰਾਹ ਪੈਂਦੇ ਹੋ। ਇਹ ਭਰਾਵੋ ਬਹੁਤ ਘਾਤਕ ਗੱਲ ਹੈ ਭਾਰਤ ਦੇ ਸਾਡੇ ਸਾਰੇ ਕਿਰਤ ਕਰਨ ਵਾਲੇ ਲੋਕਾਂ ਲਈ। ਜਿੱਧਰ ਸਰਕਾਰ ਸਾਨੂੰ ਲਿਜਾਣਾ ਚਾਹੁੰਦੀ ਹੈ, ਮੋੜਨਾ ਚਾਹੁੰਦੀ ਹੈ, ਉਹ ਚੰਦ ਬੰਦੇ ਜਿਹੜੇ ਬੰਦੇ ਕਿਰਤ ਬਾਰੇ ਜਾਣਦੇ ਨਹੀਂ ਕੁਛ, ਉਹਨਾਂ ਦੇ ਘੱਟੋ ਘੱਟ ਪਿੱਛੇ ਤੇ ਨਿਗਾਹ ਤਾਂ ਮਾਰੋ ਵੀ ਇਹ ਪਿੱਛੋਂ ਕਿਹੜੇ ਖਿੱਤੇ ਚੋਂ ਆਏ ਨੇ, ਕਿਹੜੇ ਰਾਹ ਲੈ ਕੇ ਆਏ ਨੇ, ਇਹ ਕਿੱਥੋਂ ਨਿਕਲੇ ਨੇ, ਇਹ ਕੌਣ ਨੇ। ਆਰ ਐਸ ਐਸ ਦਾ ਭਾਜਪਾ ਦਾ ਪੂਰਨ ਤੌਰ ਤੇ ਕੱਲਾ ਜ਼ੋਰ ਨਹੀਂ ਲੱਗਿਆ ਹੋਇਆ, ਕਰੋੜਾਂ ਰੁਪਇਆ ਇਸ ਭੋੜ ਨੂੰ ਖਤਮ ਕਰਨ ਵਾਸਤੇ ਆਰ ਐਸ ਐਸ ਬੀਜੇਪੀ ਝੋਕ ਰਹੀ ਹੈ। ਇਹਦੇ ਸ਼ਿਕਾਰ ਨੌਜਵਾਨੋ ਜੇ ਤੁਸੀਂ ਹੋ ਗਏ ਜਿਹੜੇ ਤੇ ਅਸੀਂ ਮਾਣ ਕੀਤਾ ਵੀ ਆਪ ਭੋੜ ਜਿੱਤਣਗੇ ਕਮਾਨ ਕਰਨਗੇ ਆਗੂ, ਜਿੱਦਾਂ ਆਗੂ ਭੱਜਣੇ ਕਮਾਨ ਤੋਂ ਫਿਰ ਤੁਸੀਂ ਆਗੂਆਂ ਨੂੰ ਪੁੱਛ ਸਕਦੇ ਹੋ। ਆਗੂਆਂ ਨੇ ਤਾਂ ਅੱਜ ਵੀ ਫੌਰੀ ਤੌਰ ਤੇ ਅਸੀਂ 11 ਵਜੇ ਆਉਂਦੇ ਹਾਂ, ਅੱਜ 10 ਵਜੇ ਸਟੇਜ ਤੇ ਆ ਕੇ ਗੱਡੀਆਂ ਫੇਰ ਕੇ ਐਲਾਨ ਕੀਤਾ ਵੀ ਨੌਜਵਾਨੋ ਪਿੰਡ ਨੂੰ ਨਾ ਜਾਇਓ, ਸਾਡੀ ਗੱਲ ਸੁਣ ਕੇ ਜਾਇਓ ਪੰਜਾਬ ਨੂੰ, ਅਸੀਂ ਐ ਨਹੀਂ ਜਾਵਾਂਗੇ। ਕਿਉਂ ਸਾਡੇ ਚਿਹਰੇ ਰੱਖਦੇ ਆ ਜਿਹੜੇ ਮਾਵਾਂ ਬੈਠੀਆਂ 80-80 ਸਾਲ ਦੀਆਂ 90-90 ਸਾਲ ਦੀਆਂ ਇੱਥੇ ਰੋਟੀਆਂ ਖਵਾ ਕੇ ਤੁਹਾਨੂੰ ਕਹਿ ਰਹੀਆਂ ਨੇ ਪੁੱਤਰੋ ਅੱਜ ਮੈਂ ਜਥੇਬੰਦੀ ਦੇ ਆਗੂ ਕਹਿੰਦੇ ਨੇ ਉਵੇਂ ਕਰੋ ਤੁਸੀਂ, ਤੁਸੀਂ ਉਹ ਚੰਦ ਬੰਦਿਆਂ ਦੇ ਮਗਰ ਲੱਗੋ ਜਿਹੜੇ ਉਧਰ ਨੂੰ ਲਿਜਾ ਰਹੇ ਨੇ ਘੋਲ ਜਿੱਧਰ ਸਰਕਾਰ ਚਾਹੁੰਦੀ ਹੈ। ਅਸੀਂ ਉਹਨਾਂ ਨੂੰ ਕਿਵੇਂ ਜਵਾਬ ਦੇਵਾਂਗੇ, ਕਿਵੇਂ ਉਹ ਮਾਵਾਂ ਦੇ ਘਰੇ ਜਾਵਾਂਗੇ ਜਿਨ੍ਹਾਂ ਦੇ ਪੁੱਤ ਡਾਲਿਆਂ ਤੋਂ ਡਿੱਗ ਕੇ ਗੱਡੀਆਂ ਥੱਲੇ ਆ ਕੇ ਸ਼ਹੀਦ ਹੋ ਗਏ, ਜਿਹਦਾ ਪੁੱਤਰ ਕੱਲ ਗੋਲੀ ਲੱਗ ਕੇ ਮਰ ਗਿਆ,
ਬਾਈ ਘੰਟਿਆਂ ਲਈ ਝੰਡਾ ਚਾੜਿਆ ਸੀ, ਉਹਦਾ ਅੰਜਾਮ ਕੀ ਸੀਗਾ? ਜਾਨਾ ਦੇਵਾਂਗੇ, ਸਿਰ ਤੇ ਕੱਫੜ ਬੰਨ ਕੇ ਆਵਾਂਗਾ ਆਇਆ। ਇਸ ਕਰਕੇ ਉਹ ਜਾਨ ਕਿਸੇ ਗੱਲ ਤੇ ਤਾਂ ਲੱਗੇ, ਇਹ ਨਾ ਲੱਗੇ ਵੀ ਸਰਕਾਰ ਦੇ ਭੜਕਾਏ ਹੋਏ ਸਿਸਟਮ ਦੇ ਥੱਲੇ ਆ ਕੇ ਤੁਸੀਂ ਆਪਣੀਆਂ ਜਾਨਾਂ ਰਹਿਣੋ, ਨਾਲੇ ਘੋਲ ਦਾ ਨੁਕਸਾਨ ਆ, ਨਾਲੇ ਪਰਿਵਾਰ ਦਾ ਨੁਕਸਾਨ ਆ। ਜਾਨਾਂ ਲੱਗਣੀਆਂ ਚਾਹੀਦੀਆਂ ਉੱਥੇ ਜਿੱਥੇ ਦੇਸ਼ ਦਾ ਭਲਾ ਹੋਵੇ ਤੇ ਦੇਸ਼ ਦਾ ਸੁਧਾਰ ਹੋਵੇ। ਉਸ ਜਾਨ ਲੱਗੀ ਤੇ ਪਰਿਵਾਰ ਨੂੰ ਫਕਰ ਹੁੰਦਾ। ਜੇ ਤੁਸੀਂ ਇਸ ਵੇਲੇ ਚਕਾਰ ਹੋ ਕੇ ਜਾਨ ਦਿੰਦੇ ਹੋ, ਉਹ ਕਿਸੇ ਦੇਖੇ ਨਹੀਂ ਲੱਗਦੀ। ਇਸ ਕਰਕੇ ਭਾਵੇਂ ਪੂਰਨ ਤੌਰ ਤੇ ਇੱਥੋਂ ਸੋਚੋ, ਇੱਥੋਂ ਉਰੋਂ ਨਹੀਂ। ਹੋਸ਼ ਦੀ ਲੋੜ ਹੈ, ਜੋਸ਼ ਦੀ ਲੋੜ ਹੈ। ਸਮਾਂ ਆਊਗਾ, ਭਾਰਤੀ ਸਰਕਾਰ ਨੂੰ ਕਹਾਂਗੇ ਜੇ ਨਾ ਮੰਨੀ ਅੱਗੇ ਵਧਾਂਗੇ ਅੱਗੇ। ਉਧਰ ਪਹਿਲੀਆਂ ਗੋਲੀਆਂ ਛਾਤੀਆਂ ਚ ਖਾਵਾਂਗੇ, ਛਾਤੀਆਂ ਚ ਗਰਮ ਨਹੀਂ ਮੁੜਦੇ। ਭਰੋਸਾ ਰੱਖਿਓ, ਜਿਹੜੇ ਕੱਲ ਪੁੱਛਦੇ ਸੀ ਵੀ ਕਿੰਨੇ ਚ ਵਿਕੇ ਹੋ, ਜੇ ਵਿਕਣ ਵਾਲੇ ਹੁੰਦੇ ਭਰਾਵੇ ਜਿਹੜੇ ਪ੍ਰਧਾਨ ਜੀ ਦੱਸ ਕੇ ਆਏ ਆ, ਪੰਜਾਬ ਚ ਵਿਕੇ ਹੁੰਦੇ, ਟਰਾਲੀਆਂ ਚ ਆ ਕੇ ਨੀ ਪੈਂਦੇ ਹੁੰਦੇ, ਆਹ ਰੋਟੀਆਂ ਲਾ ਕੇ ਸੜਕ ਦੇ ਕਿਨਾਰੇ ਨਹੀਂ ਖਾਂਦੇ ਸੀਗੇ। ਇਸ ਕਰਕੇ ਇੱਥੋਂ ਸੋਚਣ ਦੀ ਲੋੜ ਹੈ। ਇੱਥੋਂ ਉਦੋਂ ਸੋਚਾਂਗੇ ਜਿੱਦੇ ਦਿੱਲੀ ਦੀ ਸਰਕਾਰ ਨੂੰ ਕਿਹਾ ਵੀ ਅੱਜ ਅੱਗੇ ਵਧਾਂਗੇ। ਲਾਲੀ ਜਿਹੜੇ ਨਾਕੇ ਲਾਉਣੇ ਹੋਏ, ਕਰਨੀ ਜਿਹੜਾ ਕੁਝ ਕਰਨਾ ਹੋਊਗਾ ਉਹਦੇ ਵਾਸਤੇ, ਆਹ ਘੋਲ ਜਿੱਤਣ ਵਾਸਤੇ, ਉਸ ਹੋਸ਼ ਨੂੰ ਬਚਾ ਕੇ ਰੱਖੋ। ਇਹ ਹੋਸ਼ ਉਹਦੇ ਨਾ ਲਾਓ ਵੀ ਅਸੀਂ ਸਵਾਲ ਪੁੱਛਣੇ ਨੇ ਆਗੂਆਂ ਨੂੰ, ਸਾਡੀਆਂ ਗੱਲਾਂ ਦਾ ਜਵਾਬ ਦਿਓ। ਅਸੀਂ ਤਾਂ ਤੁਹਾਨੂੰ ਸਾਰਿਆਂ ਨੂੰ ਆਗੂ ਸਮਝਦੇ ਹਾਂ, ਸਮਝਦੇ ਹਾਂ। ਜੇ ਕਿਤੇ ਫਰਕ ਰਹਿ ਗਿਆ ਉਹਨੂੰ ਪੂਰਨ ਤੌਰ ਤੇ ਕਹਾਂ, ਯਤਨ ਕਰਾਂਗੇ ਪੂਰਾ ਕਰਨ ਦਾ। ਆਪਣਾ ਕੱਲੇ ਕੱਲੇ ਬੰਦੇ ਦਾ ਫਰਜ ਬਣਦਾ ਵੀ ਉਸ ਨੂੰ ਪੂਰਨ ਤੌਰ ਤੇ ਆਪਾਂ ਵਲੰਟੀਅਰ ਤੌਰ ਤੇ ਲਵਾਈਏ, ਉਸ ਲੋਕਾਂ ਦੇ ਸ਼ਿਕਾਰ ਹੋ ਕੇ ਉਹਨੂੰ ਉਲਟ ਪਾਸੇ ਲਗਾਉਣ ਦੀ ਕੋਸ਼ਿਸ਼ ਨਾ ਕਰੀਏ। ਸਰਕਾਰਾਂ ਦਾ ਪੂਰਨ ਤੌਰ ਤੇ, ਏਜੰਸੀਆਂ ਦਾ ਇਸ ਕੰਮ ਤੇ ਪੂਰਨ ਤੌਰ ਤੇ ਜ਼ੋਰ ਲੱਗਿਆ ਹੋਇਆ, ਜਿਹੜਾ ਡੱਬੇ ਚ ਬੰਦ ਕਰਕੇ ਲਾਲ ਕਿਲੇ ਨੂੰ ਲੈ ਕੇ ਗਈ ਆ ਨੌਜਵਾਨਾਂ ਨੂੰ। ਜਿਹੜੇ ਨੌਜਵਾਨ ਥਾਣਿਆਂ ਚ ਘਿਰੇ ਹੋਏ ਆ, ਵੱਖ ਵੱਖ ਹੋਰ ਥਾਣਿਆਂ ਚ ਹੈ, ਉਹਦੇ ਬਾਰੇ ਜਿਹੜੇ ਬੰਦੇ ਕਸੂਤਰ ਨੂੰ ਲਾਂਘੇ ਸੀਗੇ ਉਹਦੇ ਬਾਰੇ ਗੰਭੀਰਤਾ ਨਾਲ ਸੋਚ ਰਹੀ ਹੈ ਜਥੇਬੰਦੀ? ਗੰਭੀਰਤਾ ਨਾਲ ਇਹ ਕੁਝ ਸਵਾਲ ਜਵਾਬ ਹੈ ਨੌਜਵਾਨਾਂ ਦੇ, ਉਹਨਾਂ ਦਾ ਕੀ ਬਣੂਗਾ? ਉਹਨਾਂ ਨੂੰ ਰਿਹਾ ਕਰਾਵਾਂਗੇ? ਇਸ ਕਰਕੇ ਉਹਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ, ਉਹਨਾਂ ਬਾਰੇ ਅਸੀਂ ਕੁਝ ਸੋਚਦੇ ਹਾਂ। ਜਿਹੜਾ ਉਹ ਖਿੱਤਾ, ਜਿਹੜਾ ਖਿੱਤਾ ਉਹ ਤੁਹਾਨੂੰ ਲੈ ਕੇ ਗਿਆ, ਜਿਹੜਾ ਦਾ ਟਾਰਗੇਟ ਇਹ ਸੀਗਾ ਵੀ ਸਿਰਫ ਸਰਕਾਰ ਦੇ ਕਹਿਣ ਤੇ ਜੋ ਕੰਮ ਕਰਿਆ ਉਹ ਕਰਕੇ ਅਸੀਂ ਆਪਣੀ ਇੱਥੋਂ ਗੱਡੀਆਂ ਕੱਢ ਕੇ ਪੰਜਾਬ ਨੂੰ ਲੰਘਾਂਗੇ, ਫਿਰ ਜੋ ਮਰਜ਼ੀ ਕੁਛ ਹੋਵੇ। ਅਸੀਂ ਤਾਂ ਟਰਾਲੀਆਂ ਚ ਬਹਿ ਕੇ ਆਏ ਹਾਂ, ਟਰਾਲੀਆਂ ਖੜੀਆਂ ਨੇ, ਉਧਰ ਜਾਵਾਂਗੇ। ਜਿੱਦਣ ਕੋਈ ਨਿਰਣਾ ਹੋਊਗਾ ਉਹ ਕਿਹੜੇ ਪਾਸੇ ਦਾ ਹੁੰਦਾ? ਜਿਹਦਾ ਤੁਸੀਂ ਤਾਕਤ ਨਾਲ ਲੜੋਗੇ, ਤਾਕਤ ਨਾਲ ਖੜੋਗੇ, ਕੌਣ ਜਿੱਤ ਕੇ ਨਿਕਲਾਂਗੇ? ਕਿਉਂ ਆ ਹਰਿਆਣੇ ਦਾ ਭਾਈਚਾਰਾ ਸਾਡੇ ਨਾਲ ਬੈਠਿਆ, ਜਿਹਨਾਂ ਨੂੰ ਕੱਲ ਸਾਡੇ ਨਾਲ ਇੱਕ ਯੋਜਨਾਬੰਦੀ ਤਰੀਕੇ ਨਾਲ ਸਰਕਾਰ ਨੇ ਲੜਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਉਂ ਪਹਿਲਾਂ ਨਾਕਾ ਖੋਲ ਦਿੱਤਾ, ਫਿਰ ਉਹ ਨਾਕਾ ਦੁਬਾਰਾ ਲਾ ਦਿੱਤਾ ਤੇ ਉਹਨਾਂ ਨੂੰ ਕਹਿਤਾ ਵੀ ਜੇ ਥੋੜੇ ਕਿਸਾਨ ਲੰਘਦੇ ਨੇ ਇਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ। ਪੌਣਾ ਘੰਟਾ ਉੱਥੇ ਜੱਦੋ ਜਹਿਦ ਚੱਲੀ ਗਈ। ਇਹ ਸਾਰੀਆਂ ਤੁਸੀਂ ਨੌਜਵਾਨ ਹੋ, ਪੜ੍ਹੇ ਲਿਖੇ ਹੋ, ਤੁਸੀਂ ਇਹ ਗੱਲਾਂ ਨੂੰ ਭਰਾਂ ਦੀ ਕਾਹਤੋਂ ਨਹੀਂ ਸੋਚਦੇ ਵੀ ਆਹ ਸ਼ਾਂਤਮਈ ਤਰੀਕੇ ਨਾਲ ਜਥੇਬੰਦੀ ਕਾਹਤੋਂ ਬੈਠੀ ਹੈ, ਕਿਉਂ ਬੈਠੀ ਹੈ, ਇਹਦਾ ਮਤਲਬ ਕੀ ਹੈ? ਪਹਿਲਾਂ ਹਰਿਆਣੇ ਦੇ ਜਥੇਬੰਦੀਆਂ ਨੂੰ ਕੋਈ ਨੀ ਜਾਣਦਾ ਸੀਗਾ, ਅੱਜ ਸਾਰਾ ਹਰਿਆਣਾ ਟਰੈਕਟਰ ਲੈ ਕੇ ਇੱਥੇ ਪਹੁੰਚਿਆ।
ਕੋਈ ਹਰਿਆਣੇ ਵੱਲੋਂ ਸ਼ਿਕਾਇਤ ਆਈ, ਤੁਸੀਂ ਬਣਾ ਕੀ ਦਿੱਤਾ ਭਰਾ ਦੀ? ਆਪਾਂ ਹਜੇ ਉਰੇ ਬਹਿ ਕੇ ਸਟੇਟਾਂ ਨੂੰ ਠਾਣ ਲਿਆ, ਸਟੇਟਾਂ ਨੂੰ ਜਗਾ ਰਹੇ ਹਾਂ ਲੋਕਾਂ ਨੂੰ ਵੀ ਆਹ ਸਰਕਾਰ ਦਾ ਬਰਕਰਾਰ ਜਾਗੀਏ, ਇਹਨਾਂ ਦੀਆਂ ਏਜੰਸੀਆਂ ਦੇ ਚੁੰਗਲਾਂ ਚੋਂ ਬਾਹਰ ਨਿਕਲ ਜਾਣ ਲੋਕ। ਜਦੋਂ ਮੁਜ਼ਾਹਰੇ ਕਰਦੇ ਆ ਉਹਨੇ ਭੜਕਾ ਕੇ ਅੱਗ ਲਵਾ ਕੇ ਲੋਕਾਂ ਨੂੰ ਮਰਵਾ ਨਾ ਸਕਣਾ, ਲੋਕ ਇੰਨੇ ਸਮਝਦਾਰ ਹੋ ਜਾਣ, ਸਾਡੀ ਭਾਰਤੀ ਸਰਕਾਰ ਨਾਲ ਟੱਕਰ ਜਾਏਗੀ ਕਦੀ? ਇਹਦੇ ਪਿੱਛੇ ਸਾਰੇ ਤਾਕਤਵਰ ਦੇਸ਼ ਹੈ ਜਿਹਨਾਂ ਨੇ ਭਾਰਤ ਨੂੰ ਕਿਹਾ ਤੁਸੀਂ ਬਿਆਨ ਪੜੇ ਨੇ ਵੀ ਤੇਰੀ ਪਿੱਠ ਤੇ ਖੜੇ ਆ, ਇਹ ਕਾਨੂੰਨ ਵਾਪਸ ਨਾ ਨਹੀਂ, ਇਸ ਕਰਕੇ ਤੇਰੇ ਨਾਲ ਖੜੇ ਆ। ਉਹਨਾਂ ਨੂੰ ਪਤਾ ਵੀ ਜੇ ਇੱਥੋਂ ਗੱਲ ਚੱਲੀ ਹੋਈ MSP ਦੀ ਅਮਰੀਕਾ ਤੱਕ ਪਹੁੰਚੂਗੀ, ਇੰਗਲੈਂਡ ਤੱਕ ਪਹੁੰਚੂਗੀ, ਇਹ ਜਰਮਨ ਤੱਕ ਜਾਊਗੀ, ਇੱਥੋਂ ਦੀ ਲੱਗੀ ਹੋਈ ਕਿਸਾਨਾਂ ਦੀ ਚਿੰਗਾਰੀ, ਇਸ ਨੂੰ ਉਸੇ ਸਮਝ ਨਾਲ ਨਜਿੱਠਣਾ ਪਊਗਾ। ਉਦੋਂ ਵੱਡੇ ਦਿਮਾਗ ਦੀ ਲੋੜ ਹੈ ਤੁਹਾਨੂੰ, ਜੇ ਤੁਸੀਂ ਕਹੋਗੇ ਅਸੀਂ ਤਾਂ ਸਿਰਫ ਤੇ ਸਿਰਫ ਆਗੂ ਨਾ ਗਵਾਹੀ ਦੇ ਸਕਦੇ ਆ, ਮੂਹਰੇ ਲੱਗ ਸਕਦੇ ਆ, ਤੁਹਾਨੂੰ ਦੇ ਰਹੇ ਆ ਸਾਰਾ ਹਰਿਆਣਾ, ਤੁਹਾਨੂੰ ਸੰਭਾਲਦਾ ਜਗਾ ਕੇ ਜਿਹੜਾ ਤੁਹਾਨੂੰ ਪ੍ਰਸ਼ਾਦੇ ਛਕਾ ਰਿਹਾ, ਦੁੱਧ ਪਿਲਾ ਰਿਹਾ, MP ਤੁਹਾਡੀ ਪਿੱਠ ਤੇ ਆ ਕੇ ਖੜ ਗਈ, ਰਾਜਸਥਾਨ ਦੇ ਲੋਕ ਤੁਹਾਡੀ ਪਿੱਠ ਤੇ ਖੜ ਗਏ, ਜਿਹੜਾ ਕੰਮ ਜਥੇਬੰਦੀਆਂ ਨੇ ਕਰਨਾ ਸੀਗਾ ਉਹ ਪੂਰਨ ਤੌਰ ਤੇ ਤਰੀਕੇ ਨਾਲ ਲੱਗੇ ਹੋਏ ਆ। 11 ਵਜੇ ਤੋਂ ਲੈ ਕੇ ਭਰਾਵੋ 11 ਵਜੇ ਤੋਂ ਲੈ ਕੇ 5 ਵਜੇ ਤੱਕ ਡਿਊਟੀ ਆ, 5 ਵਜੇ ਤੱਕ ਰਾਤ ਨੂੰ 11 ਵਜੇ ਪੈਂਦੇ ਆ, 5 ਵਜੇ ਉੱਠ ਕੇ ਇਸੇ ਕਿੱਤੇ ਚ ਲੱਗ ਜਾਂਦੇ ਆ, ਘਰ ਬਾਰ ਛੱਡਿਆ ਹੋਇਆ। ਇਸ ਕਰਕੇ ਨੌਜਵਾਨੋ ਇਹ ਤੁਹਾਡੀ ਤਾਕਤ ਨਾਲ ਸੂਝ ਨਾਲ ਇਹ ਮਸਲਾ ਜਿੱਤਿਆ ਜਾਊਗਾ। ਜਿਹੜਾ ਬੰਦਾ ਤੁਹਾਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ ਵੀ ਇਹ ਤਾਂ ਕਿਸੇ ਧਰਮ ਨੂੰ ਟਾਰਗੇਟ ਕਰਦੇ ਨੇ, ਨਹੀਂ ਕਰਦੇ, ਉਹ ਤੂੰ ਫੱਤ ਮੰਨਦੇ ਆ। ਇਸ ਕਰਕੇ ਸੋਚਣ ਵਾਲੀਆਂ ਗੱਲਾਂ, ਇਹਨੂੰ ਟਾਰਗੇਟ ਕਰ ਰਹੇ ਆ ਸਿਰਫ ਤੇ ਸਿਰਫ ਏਜੰਸੀਆਂ ਦੇ ਲੋਕ ਜਿਹੜੇ ਨੇ ਉਧਰੋਂ ਕੱਢ ਕੇ ਲਿਆਂਦੇ ਆ। ਫੋਟੋਆਂ ਕੱਢ ਕੇ ਦੇਖੋ, ਮੇਰੀ ਨਰਿੰਦਰ ਮੋਦੀ ਨਾਲ ਫੋਟੋ ਨਹੀਂ ਮਿਲੂਗੀ ਤੁਹਾਨੂੰ, ਕਿਸੇ ਹੋਰ ਆਗੂ ਦੀ ਨਰਿੰਦਰ ਮੋਦੀ ਨਾਲ ਫੋਟੋ ਨਹੀਂ ਮਿਲੂਗੀ। ਉਧਰ ਲਗਾ ਲੈਣੀਆਂ ਫੋਟੋਆਂ ਕਿੱਥੋਂ ਨਿਕਲ ਆਈਆਂ? ਇਹ ਸਾਡੀ ਬੁੱਧੀ ਕੰਮ ਨਹੀਂ ਕਰਦੀ, ਕਰਨੀ ਚਾਹੀਦੀ ਹੈ, ਸੋਚਣਾ ਚਾਹੀਦਾ ਇਸ ਗੱਲ ਬਾਰੇ ਵੀ ਇਹ ਗੱਲ ਨੂੰ ਲੈ ਕੇ ਕਿੱਧਰ ਗਏ ਨੇ ਤੇ ਕੌਣ ਲੋਕ ਹੈ ਜਿਹੜੇ ਇੱਧਰ ਸਾਨੂੰ ਲੈ ਕੇ ਆਉਂਦੇ ਹੈ। ਇਸ ਕਰਕੇ ਨੌਜਵਾਨੋ ਸਾਥ ਦਿਓ, ਜਾਬਤੇ ਨਾਲ ਚੱਲੋ, ਇਹੀ ਗੱਲ ਕਹਿੰਦੇ ਆਏ ਰਹੇ ਨਾ ਤੁਹਾਨੂੰ। ਜਾਬਤੇ ਨਾਲ ਚੱਲ ਕੇ ਤੁਸੀਂ ਉਹ ਬਣਾਤਾ ਸੀਗਾ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਪਿੰਡਾਂ ਚ ਜਾਣ ਤੋਂ ਬੰਦ ਕਰਤਾ, ਪਹਿਲਾਂ ਕਦੋਂ ਨੀ ਹੋਇਆ? ਇਹ ਜਾਬਤੇ ਦਾ ਸਬੂਤ ਹੀ ਤੁਹਾਡੇ ਨਾਲ ਡਾਕਟਰ ਨੌਕਰੀਆਂ ਛੱਡਣਾ, ਇਸ ਕਰਕੇ ਨੀ ਆਏ ਵਿਧਾਨ ਕਰਨ ਦੇ ਝੰਡਾ ਚਾੜਦੇ ਹੋ? ਮੈਂ 2.5 ਲੱਖ ਰੁਪਏ ਦੀ ਨੌਕਰੀ ਛੱਡ ਕੇ ਤੁਹਾਡੇ ਨਾਲ ਲੜਨਾ ਨਾ? ਉਹ ਦੇਖ ਕੇ ਆਇਆ ਵੀ ਆਹ ਕਿਰਤੀ ਲੋਕ ਲੜ ਰਹੇ ਆ ਸ਼ਾਂਤਮਈ ਤਰੀਕੇ ਨਾਲ, ਇਹਨਾਂ ਦਾ ਸਾਥ ਦਈਏ। ਜੱਜ ਵੀ ਤੁਹਾਡੇ ਨਾਲ ਆ ਕੇ ਖੜ ਗਏ, ਵਕੀਲ ਵੀ ਤੁਹਾਡੇ ਨਾਲ ਆ ਕੇ ਖੜ ਗਏ, ਬੁੱਧੀਜੀਵੀ ਤੁਹਾਡੇ ਨਾਲ ਆ ਕੇ ਖੜ ਗਏ। ਕਿਉਂ ਖੜੇ ਬਈ? ਤੁਸੀਂ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਆਪਣਾ ਉਹ ਕੰਮ ਕਰ ਰਹੇ ਹੋ ਜਿਹੜਾ ਭਾਰਤ ਸਰਕਾਰ ਦੀਆਂ ਪੈਰਾਂ ਥੱਲੇ ਅੱਗ ਬਣ ਕੇ ਸੇਕ ਦੇ ਰਿਹਾ। ਇਹ ਤਾਂ ਤੁਸੀਂ ਇੱਕ ਦਿਨ ਭੜਕਾਬਾਜ਼ੀ ਕਰਕੇ ਬੱਸਾਂ ਪਲਟਾ ਕੇ ਅੱਗਾਂ ਲਾ ਕੇ ਅੱਧਿਆਂ ਦੇ ਪਰਚੇ ਹੋ ਗਏ, ਅੱਧੇ ਪੈਰੀ ਤੁਰ ਕੇ ਪਿੰਡ ਨੂੰ ਵਗੇ, ਜਿੱਦਾਂ ਦੇ ਮਰਜ਼ੀ ਕਰ ਲੈਂਦੇ ਭਰਾਵੋ, ਫਿਰ ਕਿੱਤਾ ਰੁਲੂਗਾ, ਆਉਣ ਵਾਲੀ ਪੀੜ੍ਹੀ ਤੁਹਾਡੇ ਤੇ ਥੂ ਥੂ ਕਰੋ।
ਭਰਾਵੋ ਏਜੰਸੀਆਂ ਦੇ ਧੱਕੇ ਚੜ ਗਈ। ਇਤਿਹਾਸ ਲਿਖੇ ਜਾਣੇ ਇਤਿਹਾਸ, ਇਤਿਹਾਸ ਚ ਐਸਾ ਨਾਮ ਦਰਜ ਨਾ ਕਰਵਾਓ ਜਿਹੜਾ ਸਾਡੇ ਮੱਥੇ ਤੇ ਕਰੰਕ ਲੱਗ ਜਾਏ, ਜਿਹੜਾ ਪੌਣੇ 200 ਬੰਦਾ ਸ਼ਹੀਦ ਹੋ ਗਿਆ। ਉਹ ਤੁਹਾਨੂੰ ਪੁੱਛੇ ਵੀ ਇਹ ਏਜੰਸੀਆਂ ਦੇ ਗਿਣਾਰੋ ਆਹ ਕੀ ਕੰਮ ਕਰਿਆ, ਤੁਸੀਂ ਉਹਨਾਂ ਦੇ ਮਗਰ ਲੱਗ ਕੇ ਆਹ ਕੀ ਕੰਮ ਅੰਜਾਮ ਦਿੱਤਾ। ਇਹਦੀ ਪੂਰੀ ਸਮਝ ਚਾਹੀਦੀ ਆ ਸਾਨੂੰ, ਪੂਰੇ ਕਾਇਦੇ ਕਾਨੂੰਨਾਂ ਨਾਲ ਚੱਲ ਕੇ ਭਾਰਤ ਦੀ ਸਰਕਾਰ ਨੂੰ ਟੱਕਰ ਦੇਣੀ ਹੈ, ਹਰਾ ਕੇ ਮੁੜਨਾ। ਇਸ ਕਰਕੇ ਜਾਬਤਾਬੰਦੀ ਦੇ ਤਰੀਕੇ ਚ ਰਹਿ ਕੇ ਪੂਰਨ ਤੌਰ ਤੇ ਦਿਮਾਗ ਨੂੰ ਦਰੁਸਤ ਕਰਕੇ ਲੀਡਰਾਂ ਤੇ ਭਰੋਸਾ ਕਰਕੇ ਇੱਥੇ ਆ ਕੇ ਬੈਠੋ। ਜਿਸ ਦਿਨ ਹਾਕ ਮਾਰਾਂਗੇ ਉਦਣ ਤੁਹਾਨੂੰ ਕਹਾਂਗੇ ਵੀ ਲੱਗੋ ਨੌਜਵਾਨੋ, ਸਾਡੇ ਪਿੱਛੇ ਮੂਹਰੇ ਅਸੀਂ ਲੱਗਦੇ ਹਾਂ। ਫਿਰ ਸਾਨੂੰ ਜਵਾਬ ਪੁੱਛਿਓ ਵੀ ਅੱਜ ਤਾਂ ਆਪਾਂ ਸਹੀ ਦਿਸ਼ਾ ਨੂੰ ਜਾ ਰਹੇ ਹਾਂ, ਫਿਰ ਤੁਸੀਂ ਕਿੱਥੇ ਹੋ? ਉਦਣ ਤੁਹਾਨੂੰ ਜਵਾਬ ਦੇ ਸਕਾਂਗੇ। ਅੱਜ ਕਿਸੇ ਗੱਲ ਦਾ ਤੁਸੀਂ ਜਵਾਬ ਮੰਗੋ ਨਹੀਂ ਹੈਗਾ। ਕਿਉਂ? ਕੌਣ ਅੱਗੇ ਨੂੰ ਵੱਧ ਰਿਹਾ, ਕੌਣ ਦੇ ਵਿੱਚ ਚੱਲ ਰਹੇ ਹਾਂ? ਸਵਾਲ ਦਾ ਜਵਾਬ ਨਹੀਂ, ਟਾਰਗੇਟ ਬਣਾ ਕੇ ਚੱਲੋ। ਟਾਰਗੇਟ ਤੇ ਨਿਸ਼ਾਨਾ ਹੋਊਗਾ, ਨਿਸ਼ਾਨਾ ਲੱਗ ਸਕਦਾ। ਜੇ ਟਾਰਗੇਟ ਤੋਂ ਭੜਕੇ ਨਿਸ਼ਾਨਾ ਲੱਗੋਗੇ, ਨਹੀਂ ਲੱਗੂਗਾ, ਅਸੀਂ ਉਵੇਂ ਚੁੱਕਰੇ। ਇੱਕ ਉਦਾਹਰਣ ਲੈ ਕੇ ਮੈਂ ਆਪਣੀ ਥਾਂ ਲੈਣਾ, ਇਹ ਕੰਨੇ ਗੁਮਰਾਹ ਨਹੀਂ ਹੋਏ ਆਪਾਂ। ਮਹਾਰਾਜਾ ਰਣਜੀਤ ਦਾ ਇਤਿਹਾਸ ਪੜ੍ਹੋ, ਡੋਗਰੇ ਨਾਲ ਲੱਗੇ ਆ, ਡੋਗਰੇ ਅੰਗਰੇਜ਼ਾਂ ਨਾਲ ਮਿਲ ਕੇ ਉਹਨਾਂ ਸਿਆਸਤਾਂ ਕੱਟੀਆਂ, ਜਿਹੜੇ ਜਰਨੈਲ ਸੀ ਸ਼ਾਮ ਸਿੰਘ ਅਤਾਰੀ ਵਰਗਿਆਂ ਨੂੰ ਘਰੇ ਬਿਠਾ ਦਿੱਤਾ। ਉਸ ਡੋਗਰਿਆਂ ਨੇ ਮਹਾਰਾਜਾ ਰਣਜੀਤ ਨੂੰ ਸ਼ਾਮ ਸਿੰਘ ਅਤਾਰੀ ਕਹਿਣ ਲੱਗਿਆ, ਬਾਦਸ਼ਾਹ ਜੀ ਤੁਸੀਂ ਰਾਜਿਆਂ ਦਾ ਸਲੂਕ ਕਰਦੇ ਹੋ, ਤੁਸੀਂ ਸਮੇਂ ਨੂੰ ਸਮਝ ਨਹੀਂ ਰਹੇ, ਤੁਹਾਨੂੰ ਉਹ ਗੱਲ ਪੇਸ਼ ਕਰ ਰਹੇ ਹੈ ਡੋਗਰੇ ਜਿਹੜੀ ਗੱਲ ਤੁਸੀਂ ਚਾਹੁੰਦੇ ਹੋ, ਜਿਹੜੀ ਗੱਲ ਤੁਹਾਡੇ ਹਿੱਤ ਦੇ ਵਿੱਚ ਹੈ ਉਹ ਅਸੀਂ ਚਾਹੁੰਦੇ ਹਾਂ, ਅਸੀਂ ਤੁਹਾਨੂੰ ਰੋਕਦੇ ਹਾਂ ਤੇ ਤੁਸੀਂ ਉੱਧਰ ਵੱਧਦੇ ਹੋ। ਮਹਾਸ਼ਾਮ ਸਿੰਘ ਅਤਾਰੀ ਆਪਣੇ ਘਰਾਂ ਨੂੰ ਰੁੱਸ ਕੇ ਚਲਿਆ ਗਿਆ, ਰਾਜ ਖਤਮ ਹੋ ਗਿਆ। ਮਹਾਰਾਣੀ ਜਿੰਦਾ ਚਿੱਠੀ ਲਿਖਦੀ ਹੈ ਵੀ ਜਰਨੈਲ ਜੀ ਅੱਜ ਰੁੱਸਣ ਦਾ ਟਾਈਮ ਨਹੀਂ ਹੈ, ਅੱਜ ਤੁਸੀਂ ਬਚਾ ਸਕਦੇ ਹੋ ਇਸ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨੂੰ। ਜਦੋਂ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਿਆ ਸੀ ਡੋਗਰਿਆਂ ਦਾ ਸ਼ਿਕਾਰ ਹੋ ਕੇ, ਇਸ ਕਰਕੇ ਸ਼ਾਮ ਸਿੰਘ ਅਟਾਰੀ ਚਿੱਠੀ ਪੜ ਕੇ ਆਪਣੀ ਘੋੜੀ ਖੋਲਦਾ, ਘੋੜੀ ਦੇ ਉੱਤੇ ਸਵਾਰ ਹੁੰਦਾ, ਉਹ ਕਮਰ ਕਸੇ ਬੰਨ ਕੇ ਜਦੋਂ ਚੱਲਦਾ ਉਹਦੀ ਧਰਮ ਪਤਨੀ ਮੂਹਰੇ ਆਉਂਦੀ ਹੈ, ਸਰਦਾਰ ਜੀ ਤੁਸੀਂ ਚੱਲੇ ਹੋ ਜੰਗ ਵਿੱਚ ਜਾ ਰਹੇ ਹੋ, ਮੁੜ ਕੇ ਆਓਗੇ ਪਤਾ ਨਹੀਂ ਨਾ, ਕੋਈ ਨਿਸ਼ਾਨੀ ਲੈ ਕੇ ਜਾਓ। ਸ਼ਾਮ ਸਿੰਘ ਅਟਾਰੀ ਨੇ ਕਿਰਪਾਨ ਫੜੀ ਹੈ, ਮਿਆਨ ਚ ਕਿਰਪਾਨ ਕੱਢੀ ਹੈ, ਮਿਆਨ ਆਪਣੀ ਧਰਮ ਪਤਨੀ ਨੂੰ ਲੈ ਕੇ ਅੱਗੇ ਵਧਿਆ, ਜਾਨ ਲੈ ਦਿੱਤੀ, ਮੁੜ ਕੇ ਘਰੇ ਨਹੀਂ ਆਇਆ। ਇਸ ਤਰ੍ਹਾਂ ਨਿਕਲੇ ਹੋਏ ਆ ਭਰਾਵੋ, ਇਸ ਕਰਕੇ ਪੂਰਨ ਤੌਰ ਤੇ ਵਿਸ਼ਵਾਸ ਕਰੋ, ਕੌਣ ਜਿੱਤ ਕੇ ਨਿਕਲਾਂਗੇ। ਤੁਹਾਡਾ ਸਾਰਿਆਂ ਦਾ ਧੰਨਵਾਦ। ਲੋਕਤੰਤਰ ਦਾ ਜੈ ਹੋ।